ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਸ਼ਹਿਰ ਮਜੀਠਾ, ਤਹਿਸੀਲ ਵੀ ਮਜੀਠਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਸ਼ਹਿਰ ਦੇ ਬਾਹਰ ਵਾਰ ਜਿਹੜਾ ਡੇਰਾ ਵੀਰ ਜੀ ਹੋਣਾ ਦਾ, ਅਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਗੁਰਵਿੰਦਰ ਵੀਰ ਨਾਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਹੋਰ ਸੁਣਾ ਠੀਕ ਠਾਕ ਜੀ? ਬਸ ਵਧੀਆ ਵਧੀਆ। ਤੁਸੀਂ? ਚਲੋ ਵਧੀਆ ਚਾਹੀਦਾ ਜੀ, ਹੁਣ ਤੱਕਰ ਦੋ ਹੀ ਰਹਿਣਤੀਆਂ ਜੀ। ਵਿਕ ਗਈਆਂ ਸਾਰਾ ਮਾਲ, ਵਿਕੀ ਜਾਂਦਾ ਨਾਲ ਨਾਲ ਵੀਰ ਜੀ। ਠੀਕ ਆ। ਹਾਂਜੀ, ਰਾਤੀ ਤੈਨੂੰ ਫਿਰ ਕਿਹਾ ਸੀ, ਅੱਜ ਵੀ ਸਵੇਰੇ ਵਿਕ ਗਿਆ ਜੀ ਮਾਲ। ਠੀਕ ਆ। ਹਾਂਜੀ ਹਾਂਜੀ, ਲਈਆਂ ਵੈੜਾ ਸਵੇਰੇ ਆਉਣਗੀਆਂ ਜੀ। ਅੱਛਾ, ਬਾਕੀ ਸਵੇਰੇ ਆਉਣਗੀ? ਦੋ ਹੈਗੀਆਂ, ਮੈਂ ਚਲੋ ਪਾ ਦਿੰਦੇ ਦੋ ਜੀ। ਠੀਕ ਆ, ਚਲੋ ਨਾਮ ਦੱਸ ਦੇ ਕਰੀ ਆਪਣਾ। ਗੁਰਵਿੰਦਰ ਸਿੰਘ। ਹਾਂਜੀ। ਡੀਪੀਓ ਮਜੀਠਾ, ਡਿਸਟ੍ਰਿਕਟ ਅੰਮ੍ਰਿਤਸਰ। ਠੀਕ ਹੈ। ਮੋਬਾਈਲ ਨੰਬਰ ਹੈਗਾ 9501150174। ਠੀਕ ਆ। ਹਾਂਜੀ। ਤੇ ਰੇਟ ਜਾਇਜ਼ ਅੱਜ ਵੀ? ਅੱਜ ਵੀ ਜਾਇਜ਼ ਵੀ ਜੀ ਰੇਟ। ਠੀਕ ਹੈ। ਬਾਹਰੋਂ ਤੁਹਾਨੂੰ ਪਤਾ ਕੁਝ ਲੱਭਦਾ ਨਹੀਂ ਹੈ, ਬਾਹਰੋਂ ਬੜਾ ਰੇਟ ਆਪਾਂ ਜਾਇਜ਼ ਦੇਈਦਾ ਜੀ। ਠੀਕ ਆ। ਹਾਂਜੀ ਹਾਂਜੀ। ਚਲੋ ਫਿਰ ਆ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਕ੍ਰੋਸ ਚ ਹੀ ਆ। ਹਾਂਜੀ ਹਾਂਜੀ। ਥਾਣੇ ਦੇਖ ਸਕਦੇ ਤੇ ਵੀ ਲੱਗੇ ਤਾਂ। ਕਿੰਨਾ ਕੁ ਚਵਾਜੋ ਵੀਰ ਜੀ ਦੁੱਧ? 15-16 ਲੀਟਰ ਵੀ ਜੀ ਦੁੱਧ ਕਰੂਗੀ ਜੀ। ਠੀਕ ਆ। ਹਾਂਜੀ ਹਾਂਜੀ। ਤੋਰ ਦੋ ਇੱਕ ਰੀਨ। ਟਾਈਮ ਕਿੰਨਾ ਕੁ ਲੈ ਜਾਓਗੇ? 5-6 ਦਿਨ ਖੜਦੀ ਜੀ ਵੀਰ ਜੀ। ਠੀਕ। ਬਾਕੀ ਇਹ ਕਿ ਦਿਨਾਂ ਦਾ ਜਿਹੜਾ ਦਿਨਾਂ ਦਾ ਦੁੱਧ ਦਾ ਜਿਹੜਾ ਅੰਦਾਜ਼ਾ ਹੀ ਹੁੰਦਾ ਵਾ, ਬਾਕੀ ਕੋਈ 2-4 ਦਿਨ ਉੱਤੇ ਵੀ ਖੜ ਸਕਦੀਆਂ ਤੇ ਪਹਿਲਾਂ ਵੀ ਸੋ ਸਕਦੀਆਂ, ਤੇ ਬਾਕੀ ਤੁਸੀਂ ਆਪਣੀ ਸਮਝਣਾ ਮਰਜ਼ੀ ਨਾਲ ਵੇਖ ਕੇ ਲੈਣਾ ਵਾ। ਬਾਕੀ ਦੁੱਧ ਦਾ ਤੈਨੂੰ ਚੰਗਾ ਰਿਕਾਰਡ ਜੇ 15-16 ਲੀਟਰ ਦਾ ਜੀ। ਉਸ ਤਰ੍ਹਾਂ ਜਿਹੜੀ ਕੱਦ ਵਜਨ ਦੀ ਜਿਹੜੀ ਚੰਗੀ ਆ ਤੇ ਚੰਗੀ ਤਿਆਰ ਹੋਣੀ ਥੱਲਿਆਂ ਵੀ ਲੈ ਜਾਵੇ ਦੀ। ਤੇ ਮੁੱਲ ਵੀਰ ਜੀ ਇਹਦਾ ਫਿਰ? ਕਿੰਨੇ ਦੀ? ਜਾਇਜ਼ ਹੀ ਕਰ ਦਈਏ 32,000 ਦੀ, ਵਿੱਚੋਂ ਛੋਟ ਕਰ ਦੋਗੇ ਮੌਕੇ ਤੇ? ਠੀਕ ਹੈ, 1,000 ਕਰ ਦੋਗੇ? ਠੀਕ ਹੈ। ਬਾਕੀ ਜੇ ਜੋੜਾ ਕੋਈ ਇਕੱਠਾ ਖੜੂਗਾ, ਅੱਛਾ, ਤੇ ਜੋੜੇ 'ਚ ਹੋਰ 1,000 ਕਰ ਦਾਂਗੇ ਵੀ ਜੀ। ਅੱਛਾ, ਫਿਰ 30,000 ਦੀ ਦੇ ਦੋਗੇ? 30,000 ਦੀ ਦੇ ਦਾਂਗੇ। ਠੀਕ ਹੈ ਜੀ। ਹਾਂ, ਥਣ ਤੇ ਮਿਲਕ ਮੇਨੇ ਦੀ ਦੇਖ ਸਕਦੇ ਜੀ ਇੱਕ ਵਾਰੀ, ਤੇ ਹੁਣ ਜਰਸੀ ਵੀ ਦਿਖਾ ਦਈਏ ਤੁਹਾਨੂੰ। ਹਾਂ, ਦੇਖ ਸਕਦੇ ਥਾਣੇ ਦੇ ਲਾਗੇ ਤਾਂ। ਠੀਕ ਹੈ ਵੀਰ ਜੀ, ਲੈ ਜਾਓ ਜੀ, ਤੋਰ ਕੇ ਤੁਹਾਨੂੰ ਦਿਖਾ ਦਈਏ। ਸਫਾਈ 'ਚ ਆ ਜਿੰਨੀ ਵੀ ਆ, ਕੱਦ ਕਾਠ ਵੀ ਚੰਗਾ, ਜਰਸੀਆਂ ਦੇ ਹਿਸਾਬ ਨਾਲ ਲਾਈਏ। ਬਾਕੀ ਅਜੇ ਥੱਲਿਓਂ ਤਿਆਰ ਹੋਣੀ ਆ, ਕੋਈ ਵੀਰ ਆਪਣੀ ਸਮਝਣਾ ਵੇਖ ਲੇ। ਚਿਹਰਾ ਵੀਰ ਦੇਖ ਸਕਦੇ ਜੀ। ਠੀਕ ਹੈ ਵੀਰ ਜੀ, ਲੈ ਜਾਓ ਜੀ। ਬਾਕੀ ਦੋਵੇਂ ਗੱਬਣਾ ਵਾ ਆਪਣੀਆਂ, ਇੱਥੇ ਆ ਕੇ ਪਾਸ ਕਰਕੇ ਤਸੱਲੀ ਕਰਕੇ ਲੈ ਕੇ ਫਿਰ ਜਾਓ ਜੀ। ਅਜੇ ਆ ਹਵਾਨੇ 'ਚ ਵੱਟ ਵੁੱਟ ਹੈਗੇ ਆ। ਤੇ ਕਿਨਵਾ ਸੂਆ ਸੋਨਾ ਵੀਰ ਜੀ ਨੇ? ਦੂਸਰੇ ਸੂਏ ਦੇ ਵੀਰ ਜੀ, ਦੂਸਰਾ ਸੂਆ ਸੋਨਾ ਇਹਨੇ ਜੀ, ਬਹੁਤ ਜ਼ਿਆਦਾ ਬੜੂਗੀ ਵੀਰ ਜੀ। ਠੀਕ ਹੈ, ਇਹ ਵੀ 15-16 ਲੀਟਰ ਦੀ ਵੀਰ ਜੀ ਕਰੂਗੀ ਜੀ। ਅੱਛਾ, ਇਹ ਵੀ 15 ਦੇ ਲਾਗੇ ਚਵਾਈ ਜਾ ਵੀਰ ਜੀ, ਕਰੂਗੀ ਕਰੂਗੀ ਜੀ। ਠੀਕ ਹੈ ਜੀ। ਹਾਂਜੀ ਹਾਂਜੀ। ਤੇ ਇਹਦਾ ਮੁੱਲ? ਇਹਦਾ ਵੀਰ ਜੀ ਜਾ ਜੀ ਕਿੰਨਾ? ਇਹਦਾ ਵੀ 32,000 ਵੀਰ ਜੀ। ਅੱਛਾ, ਇਹਦਾ 32,000 ਹੀ ਆ? ਹਾਂਜੀ। ਤੇ ਚੋ ਕਰਨਾ ਮਨ ਫਿਰ? ਇਹ 'ਚ 20,000 ਕਰ ਦਾਂਗੇ ਜੀ ਵੀਰ ਜੀ, ਜੋੜਾ ਖੜੂਗਾ ਦੋਵੇਂ 60 ਦਾ ਦੇ ਦਾਂਗੇ ਵੀਰ ਜੀ। ਅੱਛਾ, 60,000 ਦਾ ਜੋੜਾ ਦੇ ਦੋਗੇ? 60,000 ਦਾ ਦੇ ਦਾਂਗੇ। ਠੀਕ ਹੈ। ਇਕੱਲੀ ਇਕੱਲੀ ਖੜੂਗਾ ਫਿਰ 1,000 ਕਰਾਂਗੇ ਜੀ 32,000। ਅੱਛਾ। ਹਾਂਜੀ, ਜੇ ਜੋੜਾ ਕੋਈ ਇਕੱਠਾ ਖੜੂ ਫਿਰ 60,000, ਇਕੱਲੀ 31,000 ਦੀ? ਹਾਂਜੀ। ਤੇ ਜੋੜਾ 60,000 ਦਾ? ਹਾਂਜੀ ਹਾਂਜੀ। ਠੀਕ ਹੈ ਜੀ। ਹੋਰ ਵੀ ਜੇ ਕੋਈ ਵੀਰ ਭਰਾ ਫੋਨ ਕਰੂਗਾ ਹੋਰ ਵੀ ਮਾਣ ਕਰ ਦਾਂਗੇ। ਠੀਕ ਹੈ ਜੀ। ਹਾਂਜੀ। ਤੇ ਠੀਕ ਹੈ ਵੀਰ ਜੀ, ਹੋਰ ਕੁਛ ਕਹਿਣਾ ਫਿਰ? ਠੀਕ ਹੈ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ।
ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਸ ਚਾਹ ਕੇ ਆਪਣੀ ਸਮਝ ਅਤੇ ਆਪਣੀ ਮਰਜ਼ੀ ਨਾਲ ਖੜ੍ਹੇ। ਪਸੰਦ ਹੋਵੇ ਤਾਂ ਕੋਈ ਵੀਰ ਲੈ ਜੇ, ਨਾ ਪਸੰਦ ਹੋਵੇ ਤਾਂ ਇੱਥੇ ਰਹਿਣ ਦੇ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।